ਹੈਲੋ ਸਤਿ ਸ਼੍ਰੀ ਅਕਾਲ ਗਾਇਜ਼ ਹੋਰ ਕਿੱਦਾਂ ਹਾਲ ਚਾਲ ਤੁਹਾਡੇ ਸਾਰਿਆਂ ਦੇ ਤੇ ਅੱਜ ਹੈਗਾ 16 ਫਰਵਰੀ ਤੇ ਪੰਜਾਬ ਬੰਦ ਤੇ ਇਸ ਕਰਕੇ ਅਸੀਂ ਸਾਰੇ ਘਰ ਆ ਮੈਂ ਵੀ ਘਰ ਆ ਮੇਰੇ ਹਸਬੰਦ ਵੀ ਤੇ ਮੇਰੇ ਬੱਚਿਆਂ ਨੂੰ ਵੀ ਛੁੱਟੀ ਆ ਤੇ ਅਸੀਂ ਆਪਣਾ ਇੰਜੋਏ ਕਰ ਰਹੇ ਆ ਲੰਚ ਤੇ ਲੰਚ ਚ ਬਣਾਈਆਂ ਨੇ ਅਸੀਂ ਆਲੂ ਨਿਊਟਰੀ ਸਬਜੀ ਫੁਲਕੇ ਤੇ ਨਾਲ ਮੂਲੀਆਂ ਸੀਗੀਆਂ ਤੇ ਉਹਦਾ ਮੈਂ ਸਲਾਦ ਕੱਟਤਾ ਨਾਲ ਇੱਕ ਸੰਤਰਾ ਵੀ ਆ ਸੀ ਉਹ ਵੀ ਚਲੋ ਮੈਂ ਕਿਹਾ ਖਾਦਾ ਜਾਊਗਾ ਕਿਉਂਕਿ ਸਰਦੀਆਂ ਦਾ ਵਿੱਚ ਤਾਂ ਸੰਤਰੇ ਖਾਣ ਹੀ ਹੋਏ ਇੱਕ ਇੱਕ ਕਰਕੇ ਅਸੀਂ ਇਦਾਂ ਧੂਪ ਚ ਖਾ ਲੰਨੇ ਉਦਾਂ ਨਹੀਂ ਖਾ ਹੁੰਦਾ ਤੇ ਨਾਲ ਦੇਖੋ ਅਸੀਂ ਇੰਜੋਏ ਕਰ ਰਹੇ ਧੂਪ ਇਹ ਮੇਰਾ ਬੇਟਾ ਹੈ ਇਹ ਗੋਲਮੋਲੂ ਇਹ ਮੇਰੀ ਬੇਟੀ ਹੈ ਤੇ ਸਾਡਾ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਹਰ ਵੀਡੀਓ ਚ ਆਨੀ ਆ ਤੇ ਹੋਰ ਤੁਸੀਂ ਕੀ ਬਣਾਇਆ ਅੱਜ ਕਿਦਾਂ ਸੀ ਫਿਰ ਇਹ ਟਾਈਮ ਬਤੀਤ ਕੀਤਾ ਘਰ ਚ ਰਹਿ ਕੇ ਕਿਉਂਕਿ ਪੂਰੀ ਫੈਮਿਲੀ ਘਰ ਹੁੰਦੀ ਹੈ ਨਾ ਤੇ ਫਿਰ ਰੋਟੀ ਬਣਾਉਣ ਦਾ ਤੇ ਰੋਟੀ ਖਾਣ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਕੰਮਕਾਰ ਕਰਦੇ ਆ ਜਿੱਦਾਂ ਹਸਬੈਂਡਸ ਵਗੈਰਾ ਬੱਚੇ ਜਾਂਦੇ ਆ ਤੇ ਫਿਰ ਇਕੱਠੇ ਰੋਟੀ ਖਾਣ ਦਾ ਟਾਈਮ ਤਾਂ ਬਹੁਤ ਘੱਟ ਲੱਗਦਾ ਤੇ ਹੋਰ ਜੇ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆਉਂਦੀਆਂ ਤਾਂ ਪਲੀਜ਼ ਇਹਨਾਂ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਆ ਕਰੋ ਇੰਨੀ ਕੁ ਮਿਹਰਬਾਨੀ ਕਰ ਦਿਆ ਕਰੋ ਅਸੀਂ ਮਾਣੀਆਂ ਜਿਹੜੀਆਂ ਵੀਡੀਓ ਵੀਡੀਓ ਹੁੰਦੀਆਂ ਜਿਹੜੀਆਂ ਸਹੀ ਨਹੀਂ ਬਣਾਉਂਦੇ ਜਾਂ ਗਲਤ ਤਰੀਕੇ ਨਾਲ ਬਣਾਉਂਦੇ ਉਹਨਾਂ ਨੂੰ ਵੀ ਤਾਂ ਅਸੀਂ ਲਾਈਕ ਕਰਦੇ ਆਂ ਦੇਖੋ ਮੇਰੀ ਵੀਡੀਓ ਬਿਲਕੁਲ ਸਾਫ਼ ਸੁਥਰੀ ਹੁੰਦੀ ਹੈ ਫੈਮਿਲੀ ਵਾਲੀ ਬੰਦੇ ਜਣੇ ਹੁੰਦੇ ਨਾ ਫੈਮਿਲੀ ਵਾਲੀ ਵੀਡੀਓ ਹੀ ਬਣਾਉਂਦੀ ਹੈ ਤੇ ਇਸ ਕਰਕੇ ਪਲੀਜ਼ ਸਪੋਰਟ ਕਰਿਓ ਤੇ ਦੱਸਿਓ ਤੁਸੀਂ ਅੱਜ ਕੀ ਬਣਾਇਆ ਤੇ ਕੀ ਖਾਧਾ